वाहिगुरु जी का खालसा वाहिगुरु जी की फतेह। एक खास सूचना मेरे बाहर बैठे भरावां नूं भैणां नूं गुरदां नूं माता भैणां नूं सारयां नूं कि भाई बहुत सज्जणां दे फोन साडे कोल वी आउंदे ने बाहर बैठे भरावां दे मेरे नाल दे साथियां कोल वी आउंदे ने कि भाई असीं कोई सेवा पहुंचाउणी चाहुंदे आं कोई फंड भेजना चाहुंदे आं तुसीं नाल लड़ रहे हो नहीं भरावो बहुत मेहरबानी। एक तां मेरी खास अपील आ सानूं सानूं किसे प्रकार की कोई फंड की कोई सहायता की नहीं लोड़ जिदे लोड़ हुई सानूं दसांगे जे कोई साडे नां ते भरावो कोई पैसा मंगदा तां नां दित्ता जाए। दूजी बेनती असीं उह करनी चाहुंदे आ कि असीं अज देखिया कि कई सज्जणां ने उह पता नहीं बाहर बैठे आ कि इत्थे बैठे आ उन्होंने अपने पेज बना ले आ किसानां दे नां ते खाते अपने देते आ ते फंड इकट्ठा करना शुरू करता कि असीं पंजाब फंड भेजना जी उन्हां लुटेरियां तों मेरा वीर बचियो। आ साडे कोल इक हुण आया है उह दिखाई यार आ इक साडे कोल लंगर सेवा लंगर सेवा फॉर पंजाब फार्मर्स ए अपने सज्जन ने बनाया कोई खाता दे रखिया अपना 11,184 एदू पहला इन्हें मन लगा डालर कट्ठे भी कर ले तो ऐहे जे पता नहीं किन्ने के पेज बन रहे किन्ने खाते खोलणगे ते असी बेनती ए करदे आ कि यार जे तुसी वाकई बहुत वधिया सहयोग कर रहे हो तुसी उत्थे बाहर धरना प्रदर्शन भी कर रहे हो मार्च भी कर रहे हो हैशटैग भी तुसी चलाया होया है ट्विटर दे उत्ते जां होर जिवें भी थोनू लगदा कि उस तरीके नाल तुसी लगे होए आ पर जे तुसी वाकई मदद करना चाहुंदे हो लगदा कि साडा पैसा सही थां पहुंच जाए तो भरावो थोड़े दे रिश्तेदार हैगे ने परिवार दे मैंबर हैगे ने कोई खास थोड़े सज्जन होणगे उन्हां राहीं तुसी अपने पिंडां दे लोकां नूं कहो आपदे पिंड दे विच पैसे भेजो क्योंकि लोकां कोल इन्नी गुंजाइश नहीं आ ਉਹ ਹੋ ਸਕਦਾ ਲੋਕਾਂ ਕੋਲ ਇਹੀ ਇਸੀ ਗੱਲ ਨੂੰ ਦਿੱਲੀ ਆਉਂਦੇ ਹੁਣ ਵੀ ਯਾਰ ਕਿੱਥੋਂ ਜਾਵਾਂਗੇ ਅੱਧਾ ਤੇਲ ਜਿਹੜਾ ਢੋਲ ਆ ਉਹ ਤੇਲ ਦਾ ਖਾ ਜਾਣਾ ਟਰੈਕਟਰ ਨੇ ਹਾਂ ਤਾਂ ਉਹਨਾਂ ਨੂੰ ਭੇਜੋ ਵੀ ਆਹ ਚੱਕੋ ਤੇਲ ਅਸੀਂ ਭੇਜਦੇ ਹਾਂ ਤੁਸੀਂ ਵੱਧ ਤੋਂ ਵੱਧ ਦਿੱਲੀ ਜਾਓ ਜਾਂ ਜੇ ਤੁਸੀਂ ਕੋਈ ਆਪਣਾ ਬੰਦਾ ਇੱਥੇ ਦਿੱਲੀ ਭੇਜ ਦਿਓ ਇੱਥੇ ਕੋਈ ਲੰਗਰ ਦੀ ਲੋੜ ਆ ਲੀੜੇ ਕੱਪੜੇ ਦੀ ਲੋੜ ਹੈ ਜਾਂ ਕਿਸੇ ਤੁਹਾਨੂੰ ਲੱਗਦਾ ਕਿ ਸਹੀ ਕੋਈ ਜਥੇਬੰਦੀ ਵਾਲਾ ਹੈਗਾ ਜਾਂ ਕੋਈ ਲੋੜ ਜਿੱਥੇ ਲੋੜਵੰਦ ਹੈਗਾ ਉਹਨੂੰ ਭੇਜੋ ਤੇ ਮੇਰਾ ਵੀਰ ਇਹ ਤੋਂ ਇਲਾਵਾ ਬੇਨਤੀ ਹੈ ਕਿ ਲੁੱਟ ਨਾ ਆਪਦੀ ਕਰਾ ਲਿਓ ਇਹੀ ਮੇਰੀ ਗੁਜ਼ਾਰਿਸ਼ ਆ ਬਾਕੀ ਅਗਲੀ ਗੱਲ ਬਾਈ ਦੇਖੋ ਦਾਰੂ ਇਹ ਮੈਂ ਨਾ ਇੱਕੋ ਹੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਹੁਣ ਦੇਖੋ ਜਿਵੇਂ ਕਹਿੰਦੇ ਹੁੰਦੇ ਨਾ ਵੀ ਲੋਹਾ ਗਰਮ ਆ ਤੇ ਹੁਣ ਆਪਣਾ ਸਾਰਾ ਆਪਣੀ ਪਿੱਠ ਦੇ ਵਿੱਚ ਇਹਦੀ ਬੜਾ ਕੁਛ ਲੈ ਗਏ ਯਾਰ ਲੁੱਟ ਕੇ ਸਾਡਾ ਸੱਭਿਆਚਾਰ ਚਲਿਆ ਗਿਆ ਸਾਡਾ ਪਹਿਰਾਵਾ ਚਲਿਆ ਗਿਆ ਸਾਡੀ ਬੋਲੀ ਨੂੰ ਲੁੱਟਣ ਦੀ ਤਿਆਰੀ ਹੋ ਰਹੀ ਆ ਸਾਡੇ ਪੰਜਾਬ ਨੂੰ ਕਾਫੀ ਹਿੱਸੇ ਨੂੰ ਵੱਢ ਟੁੱਕ ਲਿਆ ਅੱਡੋ ਹੰਟੀ ਜੇ ਕਰ ਲਿਆ ਬੜਾ ਕੁਛ ਸਾਡਾ ਚਲਿਆ ਗਿਆ ਸਾਡੀ ਪਿੱਠ ਦੇ ਪਿੱਛੇ ਹੱਥ ਹੀ ਲੰਘ ਗਿਆ ਇਕੱਲੀ ਪੂਛ ਆ ਜਿਹੜੀ ਸਾਡੇ ਹੁਣ ਹੱਥ ਚ ਆ ਗਈ ਆ ਆਪਾਂ ਜੇ ਇਸ ਸੰਘਰਸ਼ ਦੇ ਵਿੱਚ ਕਿਤੇ ਐਸੇ ਤਾਕਤ ਨਾਲ ਲੜ ਕੇ ਜੇ ਆਪਣੀ ਤਾਕਤ ਨੂੰ ਏਕੇ ਨੂੰ ਸਾਡੇ ਅਨੁਸ਼ਾਸਨ ਨੂੰ ਕਾਇਮ ਰੱਖ ਕੇ ਜੋ ਇੱਥੇ ਲੋਕਾਂ ਨੇ ਵਿਖਾਇਆ ਤੁਸੀਂ ਵੇਖ ਲਓ ਸਾਰਾ ਜਿਹੜੇ ਉਲਟ ਮੀਡੀਆ ਵਾਲੇ ਆ ਉਹ ਵੀ ਨਹੀਂ ਦਿਖਾ ਸਕੇ ਕਿ ਕਿਸੇ ਬੰਦੇ ਨੇ ਕਿਸੇ ਦਾ 5 ਪੈਸੇ ਦਾ ਬਈ ਨੁਕਸਾਨ ਕੀਤਾ ਹੋਵੇ ਇੱਥੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਕਿਸੇ ਦੁਕਾਨ ਕਿਸੇ ਦਾ ਮਕਾਨ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਇਸੇ ਕਰਕੇ ਤੋਂ ਦਿੱਲੀ ਦੇ ਲੋਕ ਮੈਂ ਤੁਹਾਨੂੰ ਇੱਕ ਹੈਰਾਨੀ ਵਾਲੀ ਗੱਲ ਦੱਸਦਾ ਦਿੱਲੀ ਦੇ ਜਿਹੜੇ ਲੋਕ ਆ ਜਿਹੜੇ ਜ਼ਮੀਨ ਤੇ ਆ ਉਹ ਆਪਣੇ ਲੋਕਾਂ ਨੇ ਬੂਹੇ ਖੋਲਦੇ ਕਿ ਭਾਈ ਬਾਥਰੂਮ ਦੀ ਲੋੜ ਆ ਕਿਸੇ ਚੀਜ਼ ਦੀ ਲੋੜ ਆ ਸਾਡੇ ਉਹ ਲੈ ਲਓ ਫਿਰ ਇੱਕ ਗੱਲ ਤੁਸੀਂ ਹੋਰ ਸੁਣ ਲਓ ਅੱਗੇ ਦੇਖਦੇ ਆ ਸੰਘਰਸ਼ਾਂ ਦੇ ਵਿੱਚ ਜਦੋਂ ਕੋਈ ਬਿਵਤਾ ਪੈਂਦੀ ਆ ਦੁਕਾਨਦਾਰ ਲੁਟੇਰੇ ਬਣ ਜਾਂਦੇ ਆ ਇੱਥੋਂ ਦੇ ਦੁਕਾਨਦਾਰਾਂ ਨੇ ਵੀ ਜੇ ਚੀਜ਼ ਫ੍ਰੀ ਨਹੀਂ ਦੇ ਸਕਦੇ ਤਾਂ ਸਸਤੀ ਜ਼ਰੂਰ ਦਿੰਦੇ ਆ ਇੱਥੋਂ ਦੇ ਲੋਕਾਂ ਨੂੰ ਪੁੱਛ ਕੇ ਵੇਖੋ ਇੱਥੇ ਕਿਸੇ ਵੀ ਤਰ੍ਹਾਂ ਦੀ ਪੰਜਾਬੀ ਉਹ ਸੁਨੇਹਾ ਤਾਂ ਤੁਸੀਂ ਸ਼ੇਅਰ ਕਰਨਾ ਹੀ ਆ ਇੱਥੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਫੁੱਲ ਜਿੰਨੀ ਤਕਲੀਫ ਨਹੀਂ ਕਿਸੇ ਬੰਦੇ ਨੂੰ ਨਾ ਕੋਈ ਨਹਾਉਣ ਦੀ ਨਾ ਬਾਥਰੂਮ ਦੀ ਨਾ ਕਿਸੇ ਵੀ ਤਰ੍ਹਾਂ ਦੀ ਬਾਈ ਬਣ ਕੇ ਜੇ ਤੁਸੀਂ ਇਸੇ ਗੱਲ ਨੂੰ ਉਡੀਕਦੇ ਬੈਠੇ ਆ ਨਾ ਵੀ ਉੱਥੇ ਤੰਗੀ ਜੀ ਬਹੁਤ ਹੋਊਗੀ ਤਾਂ ਵੀਰ ਬਣ ਕੇ ਇੱਥੇ ਪਹੁੰਚੋ ਦਿੱਲੀ ਸਹਿਯੋਗ ਕਰੋ ਬਾਕੀ ਬਾਈ ਵਾਲਾ ਸੁਨੇਹਾ ਇਹਨੂੰ ਸਾਂਝਾ ਕਰ ਦਿਓ ਲੋਕਾਂ ਤੱਕ ਵੱਧ ਤੋਂ ਵੱਧ।